Okay. Hello guys. How you doing? Diljit Dosanjh here. Mere walon bahut bahut pyar. Hello guys. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਲਾਈਵ ਹੋਣ ਦਾ ਚੱਕਰ ਸਿਰਫ ਇਹਨਾਂ ਸੀ ਕਿ ਗਾਣਾ ਜਿਹੜਾ ਕਾਇਲੀ ਕਰੀਨਾ ਉਹ ਅਸੀਂ ਸੋਚਦੇ ਪਏ ਹਾਂ ਕਿ ਪਰਸੋਂ ਨੂੰ ਰਿਲੀਜ਼ ਕਰੀਏ ਮੰਡੇ ਜਾਂ ਕੱਲ੍ਹ ਨੂੰ ਕਰ ਦਈਏ ਸੋ ਉਹਦੇ ਬਾਰੇ ਵਿਚਾਰ ਚੱਲਦੀ ਪਈ ਸੀ ਕਿ ਕੱਲ੍ਹ ਸਵੇਰੇ ਰਿਲੀਜ਼ ਕਰ ਦਈਏ 10 ਵਜੇ ਜਾਂ ਪਰਸੋਂ ਕਰੀਏ ਸੋ ਬਾਕੀ ਤੁਸੀਂ ਦੱਸੋ ਕਿੱਦਾਂ ਕਰੀਏ ਕੱਲ੍ਹ ਹੈਗਾ ਸੰਡਾ ਅਤੇ ਸੰਡੇ ਵਾਲੇ ਦਿਨ ਕਹਿੰਦੇ ਆਫਿਸ ਬੰਦ ਹੁੰਦੇ ਆ ਤੇ ਲੋਕੀ ਛੁੱਟੀ ਦੇ ਹੁੰਦੇ ਆ ਪਰ ਮੈਂ ਕਹਿੰਦਾ ਛੁੱਟੀ ਵਾਲੇ ਦਿਨ ਤਾਂ ਚੰਗਾ ਹੁੰਦਾ ਕਾਂ ਸਾਹਿਬ ਚੰਗਾ ਜੀ ਚੰਗਾ ਹੁੰਦਾ ਛੁੱਟੀ ਵਾਲਾ ਦਿਨ ਉਹਦੇ 'ਚ ਲੋਕੀ ਮੈਂ ਕਹਿੰਦਾ ਘਰੇ ਬਹਿ ਕੇ ਸਾਰੇ ਇੰਜੋਏ ਕਰ ਸਕਦੇ ਆ ਅਤੇ ਬਾਕੀ ਜੇ ਤੁਸੀਂ ਕਹਿੰਦੇ ਆ ਪਰਸੋਂ ਨੂੰ ਤਾਂ ਡੇ ਆਫਟਰ ਟਮਾਰੋ ਵੀ ਕਰ ਦਿੰਦੇ ਰਿਲੀਜ਼ ਕੋਈ ਟੈਨਸ਼ਨ ਨਹੀਂ ਹੈ ਅਤੇ ਹੋ ਸਕਦਾ ਜੇ ਮੂਡ ਬਣਿਆ ਕੱਲ੍ਹ ਸਵੇਰੇ 10 ਵਜੇ ਗਾਣਾ ਆ ਵੀ ਸਕਦਾ ਕਿਉਂਕਿ ਗਾਣਾ ਆਪਣੇ ਕੋਲ ਪਿਆ ਆਪਾਂ ਬਸ ਉਹਨੂੰ ਪ੍ਰਾਈਵੇਟ ਤੋਂ ਕਲੈਚ ਕਰਕੇ ਪਬਲਿਕ ਕਰਨਾ ਬਸ ਦੈਟਸ ਇਟ ਇੰਨੀ ਗੱਲ ਆ ਹੈਲੋ ਗਾਈਜ਼ ਹੈਲੋ 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 ਬਹੁਤ ਸਾਰੇ ਦਿਲ ਪੱਗ ਦਾ ਰੰਗ ਕਿੱਦਾਂ ਦਾ ਮੇਰਾ ਪੱਗ ਦਾ ਰੰਗ ਕੈਸਾ ਲੱਗ ਰਿਹਾ ਜੀ ਅੱਜ ਰਾਈਜ਼ਿੰਗ ਸਟਾਰ ਦੇ ਵਿੱਚ ਤੁਸੀਂ ਇਹਨੂੰ ਰੰਗ ਨੂੰ ਕਹਿੰਦੇ ਪਤਾ ਨਹੀਂ ਜੀ ਪੰਜਾਬੀ ਤਾਂ ਫਿਰੋਜ਼ੀ ਕਹਿੰਦੇ ਆ ਟੋਰਟੋਰਾਏ ਰੰਗ ਹੈ ਟੋਰਟੋਰਾਏ ਸੋ ਟੋਰਟੋਰਾਏ ਰੰਗ ਮੈਂ ਅੱਜ ਬੰਨਿਆ ਅਤੇ ਟਰਕੋਏ ਅਤੇ ਗੁਲਾਬੀ ਰੰਗ ਦੀ ਮੈਂ ਡੱਬੀਆਂ ਵਾਲੀ ਸ਼ਰਟ ਪਾਈ ਹੈ ਅਤੇ ਟੋਰਟੋਰਾਏ ਮੈਂ ਰੰਗ ਬੰਨ ਲਿਆ ਅੱਜ ਬਾਕੀ ਸਾਡੇ ਕੋਲ ਰੰਗ ਬਹੁਤ ਪਏ ਆ ਤੁਹਾਨੂੰ ਮੈਂ ਰੰਗ ਦਿਖਾਵਾਂ ਹੋਲਡ ਅ ਸੈਕਿੰਡ ਗਾਈਸ ਨਹੀਂ ਤੁਸੀਂ ਦੂਰੇ ਰੱਖੋ ਬਾਬਾ ਹਾਂ ਨਹੀਂ ਥੋੜ੍ਹਾ ਉੱਤੇ ਚੱਕ ਰੱਖੋ ਨਹੀਂ ਫਿਰ ਮੈਂ ਪ੍ਰੋਗਰਾਮ ਵੀ ਪੇਸ਼ ਕਰਦਾ ਨਾਲ ਦੇ ਨਾਲ ਪ੍ਰੋਗਰਾਮ ਵੀ ਪੇਸ਼ ਕਰਦਾ ਇਹ ਆਹ ਰੰਗ ਮੇਰਾ ਫੇਵਰੇਟ ਪਰਸਨਲ ਰੰਗ ਮੇਰਾ ਫੇਵਰੇਟ ਹੈ ਇਹ ਰੰਗ ਮੈਨੂੰ ਬਹੁਤ ਵਧੀਆ ਲੱਗਦਾ ਅਤੇ ਜਦੋਂ ਕਿਤੇ ਅਸੀਂ ਬਹੁਤ ਖੁਸ਼ ਹੋਈਏ ਜਾਂ ਚੰਗਾ ਦਿਨ ਹੋਵੇ ਜਾਂ ਕਹਿ ਲਓ ਕਿਸੇ ਸਿਆਣੀ ਜਗ੍ਹਾ ਜਾਣੇ ਹੋਵੇ ਹਰ ਜਗ੍ਹਾ ਇਹ ਰੰਗ ਮੈਂ ਬੰਨਦਾ ਹੁੰਦਾ ਮੈਨੂੰ ਬਹੁਤ ਪਸੰਦ ਆ ਇਹ ਰੰਗ ਤਾਂ ਇਹਦੇ ਕਰਕੇ ਉੱਪਰ ਹੀ ਪਿਆ ਅਤੇ ਇੱਕ ਆਹ ਵੀ ਰੰਗ ਮੈਨੂੰ ਬਹੁਤ ਵਧੀਆ ਲੱਗਦਾ ਆਈ ਲਾਈਕ ਦਿਸ ਕਲਰ ਅੱਜ ਪਹਿਲਾਂ ਮੈਂ ਆਹ ਬੰਨਣ ਲੱਗਾ ਸੀ ਇਹਦੇ ਨਾਲ ਇਹਦੀ ਵੀ ਮੈਚਿੰਗ ਹੋ ਜਾਣੀ ਸੀ ਆਹ ਹੈਗਾ ਇਹਦੇ ਵਿੱਚ ਥੋੜ੍ਹੀ ਥੋੜ੍ਹੀਆਂ ਲਾਈਨਾਂ ਇਹਦੀਆਂ ਵੀ ਹੈਗੀਆਂ ਅਤੇ ਪਰ ਫਿਰ ਮੈਂ ਆਹ ਬੰਨੇ ਰੰਗ ਮੈਂ ਥੋੜ੍ਹਾ ਜਿਹਾ ਚੱਕਵਾਂ ਰੱਖੀਏ ਕੰਮ ਰਾਈਜ਼ਿੰਗ ਸਟਾਰ ਦੇ ਵਿੱਚ ਚੱਕਵਾਂ ਚਾਹੀਦਾ ਸਾਨੂੰ ਸੋ ਆਹ ਵੀ ਰੰਗ ਹੈਗਾ ਮੇਰੇ ਕੋਲ ਹੋਰ ਰੰਗ ਦਿਖਾਵਾਂ ਕਿਹੜਾ ਮੈਨੂੰ ਵਧੀਆ ਆਹ ਵੀ ਰੰਗ ਬਹੁਤ ਘੰਟਾ ਦਿਸ ਕਲਰ ਇਜ਼ ਵੈਰੀ ਵੈਰੀ ਬਿਊਟੀਫੁਲ ਵੈਨ ਆਈ ਵੇਅਰ ਆਈ ਚੱਕ ਫਟੇ ਤੁਸੀਂ ਦੇਖ ਰਹੇ ਹੋਟੀਫੁਲ ਕਲਰ ਇਹ ਮੈਂ ਲੈ ਲਿਆ ਹਲੇ ਹਿੰਮਤ ਨਹੀਂ ਮੇਰੇ ਤੋਂ ਜ਼ਿਆਦਾ ਚੱਕਮਾ ਰੰਗ ਜ਼ਿਆਦਾ ਹਲੇ ਹਿੰਮਤ ਨਹੀਂ ਪੈ ਰਹੀ ਪਰ ਮੈਂ ਲੈ ਲਿਆ ਮੇਰੇ ਤੋਂ ਵੀ ਜ਼ਿਆਦਾ ਚੱਕਮਾ ਹਲੇ ਹਿੰਮਤ ਨਹੀਂ ਪੈ ਰਹੀ ਪਰ ਮੈਂ ਲੈ ਲਿਆ ਥੈਂਕ ਯੂ ਬਹੁਤ ਸੋਹਣਾ ਭਾਜੀ ਬਹੁਤ ਸੋਹਣਾ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਸੋਹਣਾ ਭਾਜੀ ਇਹ ਵੀ ਹਲੇ ਬੰਨਿਆ ਨਹੀਂ ਹੋਰ ਆ ਗਿਆ ਆਪਣੇ ਕੋਲ ਇਹ ਕਾਹ ਰੰਗ ਬਹੁਤ ਸੋਹਣਾ ਇਹ ਵੀ ਹਲੇ ਬੰਨਿਆ ਨਹੀਂ ਬੰਨਿਆ ਨਹੀਂ ਇਹ ਰੰਗ ਵੀ ਸ੍ਰੀ ਪੱਗ ਹਲੇ ਰੰਗ ਬੰਨਿਆ ਨਹੀਂ ਲਵ ਯੂ ਹਾਂਜੀ ਵੀਰੇ ਸ੍ਰੀ ਪੱਗ ਬਹੁਤ ਵਧੀਆ ਵੀਰੇ ਹਾਂਜੀ ਲਵ ਯੂ ਹਾਂਜੀ ਵੀਰੇ ਇਹ ਰੰਗ ਬੰਨਾਂਗੇ ਜਲਦੀ ਰਾਈਜ਼ਿੰਗ ਸਟਾਰ ਦੇ ਵਿੱਚ ਬੰਨਣੇ ਸਾਰੇ ਰੰਗ ਇਹ ਵੀ ਰੰਗ ਬੰਨਾਂਗੇ ਜਲਦੀ ਵੀਰੇ ਰਾਈਜ਼ਿੰਗ ਸਟਾਰ ਦੇ ਵਿੱਚ ਬੰਨਣੇ ਸਾਰੇ ਰੰਗ ਇਹ ਰਾਈਜ਼ਿੰਗ ਸਟਾਰ ਚ ਬੰਨਿਆ ਸੀ ਆਹ ਵੀ ਰੰਗ ਬਹੁਤ ਘੱਟ ਇਹ ਮੈਂ ਮਹਿੰਦੀ ਰੰਗ ਚ ਬੰਨਿਆ ਸੀ ਮਹਿੰਦੀ ਰੰਗ ਹਾਂਜੀ ਮਹਿੰਦੀ ਰੰਗਾ ਨੋ ਹਾਂ ਮਹਿੰਦੀ ਰੰਗਾ ਥੋੜੋ ਫੋਟੋ ਥੋੜਾ ਜਿਹਾ ਨਹੀਂ ਭਾਈ ਮਹਿੰਦੀ ਰੰਗਾ ਨਹੀਂ ਹੈਗਾ ਇਹ ਥੋੜਾ ਜਿਹਾ ਨਹੀਂ ਭਾਈ ਮਹਿੰਦੀ ਰੰਗਾ ਨਹੀਂ ਹੈਗਾ ਇਹ ਗ੍ਰੀਨ ਡਾਰਕ ਗ੍ਰੀਨ ਆਹ ਸੌਰੀ ਡਾਰਕ ਗ੍ਰੀਨ ਡਾਰਕ ਗ੍ਰੀਨ ਕਹਿ ਲਓ ਚਲੋ ਗ੍ਰੀਨ ਤੋਤਾ ਰੰਗ ਗ੍ਰੀਨ ਆਹ ਸੌਰੀ ਡਾਰਕ ਗ੍ਰੀਨ ਕਹਿ ਲਓ ਚਲੋ ਤੋਤਾ ਰੰਗ ਨਹੀਂ ਇਦਾਂ ਦਾ ਵੀ ਤੋਤਾ ਤੋਤਾ ਰੰਗ ਤੋਤਾ ਰੰਗ ਇਦਾਂ ਵੀ ਤੋਤਾ ਸਾਡਾ ਤੋਤਾ ਹੀ ਹੈ ਮਹਿੰਦੀ ਰੰਗ ਭਰੀ ਉਹਦਾ ਸਾਡਾ ਤੋਤਾ ਹੀ ਹੈ ਮਹਿੰਦੀ ਭਰੀ ਉਹਦੇ ਹੋਰ ਭਾਈ ਐਸੀ ਗੱਲ ਨਹੀਂ ਹੈ ਠੀਕ ਹੈ ਨਾ ਮੇਰੇ ਕੋ ਪਰਨਾ ਵੀ ਪਿਆ ਹੋਰ ਭਾਈ ਕਦੇ ਕਦੇ ਪਰਨਾ ਐਸੀ ਗੱਲ ਨਹੀਂ ਹੈ ਮੰਨ ਲਿਆ ਮੇਰੇ ਕੋ ਪਰਨਾ ਵੀ ਪਿਆ ਕਦੇ ਕਦੇ ਪਰਨਾ ਵੀ ਓ ਮਾਈ ਗੋਡ ਉਹੀ ਗੱਲ ਹੋਈ ਨਾ ਓ ਮਾਈ ਗੋਡ ਉਹੀ ਗੱਲ ਹੋਈ ਨਾ ਗੁਲਾਬੀ ਪੱਗ ਬੜੇ ਚਿਰ ਤੋਰੀ ਜਾਏ ਮੈਂ ਰੱਖੀਆਂ ਗੁਲਾਬੀ ਪੱਗ ਬੜੇ ਚਿਰ ਤੋਰੀ ਜਾਏ ਮੈਂ ਰੱਖੀਆਂ ਗੁਲਾਬੀ ਪੱਗ ਬੰਨ ਮਿੱਤਰਾ ਜੇ ਆ ਬੰਨ ਲਾ ਕੇ ਜਿਆਦਾ ਗੁਲਾਬੀ ਰੰਗ ਦੀ ਆਪਸ਼ਨ ਦੇਖੋ ਸਾਡੇ ਕੋਲ ਕਿੰਨੀਆਂ ਕਿਉਂਕਿ ਮੇਰਾ ਫੇਵਰਟ ਆ ਦੇਖੋ ਜੀ ਕੇਸਰੀ ਰੰਗ ਦੀ ਆਪਸ਼ਨ ਦੇਖੋ ਸਾਡੇ ਕੋਲ ਕਿੰਨੀਆਂ ਕਿਉਂਕਿ ਮੇਰਾ ਫੇਵਰਟ ਕਲਰ ਹੈ ਜੀ
ਥੋੜਾ ਰੰਗ ਗਾਜਰੀ ਗਾਜਰ ਖਾਣ ਨੂੰ ਵੀ ਬਹੁਤ ਚੰਗੀ ਹੁੰਦੀ ਹੈ ਤੇ ਗਾਜਰ ਕੱਲ ਸਵੇਰੇ 10 ਵਜੇ ਜੇ ਮੂਡ ਬਣਿਆ ਕਿ ਸੋਮਵਾਰ ਮੂਡ ਬਣਿਆ ਕੋਈ ਨੀ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਹੈਲੋ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਲਾਈਵ ਹੋਣ ਦਾ ਚੱਕਰ ਸਿਰਫ ਇੰਨਾ ਸੀ ਕਿ ਗਾਣਾ ਜਿਹੜਾ ਕਾਇਲੀ ਕਰੀਨਾ ਉਹ ਅਸੀਂ ਸੋਚਦੇ ਪਏ ਹਾਂ ਕਿ ਪਰਸੋਂ ਨੂੰ ਰਿਲੀਜ਼ ਕਰੀਏ ਮੰਡੇ ਜਾਂ ਕੱਲ ਨੂੰ ਕਰ ਦਈਏ ਸੋ ਉਹਦੇ ਬਾਰੇ ਵਿਚਾਰ ਚੱਲਦੀ ਪਈ ਸੀ ਕਿ ਕੱਲ ਸਵੇਰੇ ਰਿਲੀਜ਼ ਕਰ ਦਈਏ 10 ਵਜੇ ਜਾਂ ਪਰਸੋਂ ਕਰੀਏ ਸੋ ਬਾਕੀ ਤੁਸੀਂ ਦੱਸੋ ਕਿੱਦਾਂ ਕਰੀਏ ਕੱਲ ਹੈਗਾ ਸੰਡਾ ਤੇ ਸੰਡੇ ਵਾਲੇ ਦਿਨ ਕਹਿੰਦੇ ਆਫਿਸ ਬੰਦ ਹੁੰਦੇ ਆ ਤੇ ਲੋਕੀ ਛੁੱਟੀ ਤੇ ਹੁੰਦੇ ਆ ਪਰ ਮੈਂ ਕਹਿੰਦਾ ਛੁੱਟੀ ਵਾਲੇ ਦਿਨ ਤਾਂ ਚੰਗਾ ਹੁੰਦਾ ਕਾਂ ਸਾਹਿਬ ਚੰਗਾ ਹੁੰਦਾ ਛੁੱਟੀ ਵਾਲਾ ਦਿਨ ਉਹਦੇ ਚ ਲੋਕੀ ਮੈਂ ਕਹਿੰਦਾ ਘਰੇ ਬਹਿ ਕੇ ਸਾਰੇ ਇੰਜੋਏ ਕਰ ਸਕਦੇ ਆ ਤੇ ਬਾਕੀ ਜੇ ਤੁਸੀਂ ਕਹਿੰਦੇ ਆ ਪਰਸੋਂ ਨੂੰ ਤਾਂ ਡੇ ਆਫਟਰ ਟਮਾਰੋ ਵੀ ਕਰ ਦਿੰਦੇ ਰਿਲੀਜ਼ ਕੋਈ ਟੈਨਸ਼ਨ ਨਹੀਂ ਹੈ ਤੇ ਹੋ ਸਕਦਾ ਜੇ ਮੂਡ ਬਣਿਆ ਕੱਲ ਸਵੇਰੇ 10 ਵਜੇ ਗਾਣਾ ਆ ਵੀ ਸਕਦਾ ਕਿਉਂਕਿ ਗਾਣਾ ਆਪਣੇ ਕੋਲ ਪਿਆ ਆਪਾਂ ਬਸ ਉਹਨੂੰ ਪ੍ਰਾਈਵੇਟ ਤੋਂ ਕਲੈਚ ਕਰਕੇ ਪਬਲਿਕ ਕਰਨਾ ਬਸ ਦੈਟਸ ਇਟ ਇੰਨੀ ਗੱਲ ਆ ਹੈਲੋ ਗਾਇਜ਼ ਹੈਲੋ 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 ਬਹੁਤ ਸਾਰੇ ਦਿਲ ਪੱਗ ਦਾ ਰੰਗ ਕਿੱਦਾਂ ਦਾ ਮੇਰਾ ਪੱਗ ਦਾ ਰੰਗ ਕੈਸਾ ਲੱਗ ਰਿਹਾ ਜੀ ਅੱਜ ਰਾਈਜ਼ਿੰਗ ਸਟਾਰ ਦੇ ਵਿੱਚ ਤੁਸੀਂ ਇਹਨੂੰ ਰੰਗ ਨੂੰ ਕਹਿੰਦੇ ਪਤਾ ਨਹੀਂ ਕਿ ਪੰਜਾਬੀ ਤਾਂ ਫਿਰੋਜ਼ੀ ਕਹਿੰਦੇ ਆ ਟੋਰਟੋਰਾਏ ਰੰਗ ਹੈ ਟੋਰਟੋਰਾਏ ਸੋ ਟੋਰਟੋਰਾਏ ਰੰਗ ਮੈਂ ਅੱਜ ਬੰਨਿਆ ਤੇ ਟਰਕੋਏ ਤੇ ਗੁਲਾਬੀ ਰੰਗ ਦੀ ਮੈਂ ਡੱਬੀਆਂ ਵਾਲੀ ਸ਼ਰਟ ਪਾਈ ਹੈ ਟੋਰਟੋਰਾਏ ਮੈਂ ਰੰਗ ਬੰਨ ਲਿਆ ਅੱਜ ਬਾਕੀ ਸਾਡੇ ਕੋਲ ਰੰਗ ਬਹੁਤ ਪਏ ਆ ਥੋੜਾ ਮੈਂ ਰੰਗ ਦਿਖਾਵਾਂ ਹੋਲਡ ਅ ਸੈਕਿੰਡ ਗਾਇਸ ਨਹੀਂ ਤੁਸੀਂ ਦੂਰੇ ਰੱਖੋ ਬਾਬਾ ਹਾਂ ਨਹੀਂ ਥੋੜਾ ਉੱਤੇ ਚੱਕ ਰੱਖੋ ਮੈਂ ਪ੍ਰੋਗਰਾਮ ਵੀ ਪੇਸ਼ ਕਰਾਂਗਾ ਨਾਲ ਦੇ ਨਾਲ ਪ੍ਰੋਗਰਾਮ ਵੀ ਪੇਸ਼ ਕਰਾਂਗਾ ਆਹ ਰੰਗ ਮੇਰਾ ਫੇਵਰੇਟ ਪਰਸਨਲ ਰੰਗ ਮੇਰਾ ਫੇਵਰੇਟ ਹੈ ਇਹ ਰੰਗ ਮੈਨੂੰ ਬਹੁਤ ਵਧੀਆ ਲੱਗਦਾ ਤੇ ਜਦੋਂ ਕਿਤੇ ਅਸੀਂ ਬਹੁਤ ਖੁਸ਼ ਹੋਈਏ ਜਾਂ ਚੰਗਾ ਦਿਨ ਹੋਵੇ ਜਾਂ ਕਹਿ ਲਓ ਕਿਸੇ ਸਿਆਣੀ ਜਗ੍ਹਾ ਜਾਣੇ ਹੋਵੇ ਹਰ ਜਗ੍ਹਾ ਇਹ ਰੰਗ ਮੈਂ ਬੰਦਾ ਹੁੰਦਾ ਮੈਨੂੰ ਬਹੁਤ ਪਸੰਦ ਆਇਆ ਰੰਗ ਤਾਂ ਇਹਦੇ ਕਰਕੇ ਉੱਪਰ ਹੀ ਪਿਆ ਤੇ ਇੱਕ ਆਹ ਵੀ ਰੰਗ ਮੈਨੂੰ ਬਹੁਤ ਵਧੀਆ ਲੱਗਦਾ ਆਈ ਲਾਈਕ ਦਿਸ ਕਲਰ ਅੱਜ ਪਹਿਲਾਂ ਮੈਂ ਆਹ ਬੰਨਣ ਲੱਗਾ ਸੀ ਇਹਦੇ ਨਾਲ ਇਹਦੀ ਵੀ ਮੈਚਿੰਗ ਹੋ ਜਾਣੀ ਸੀ ਆਹ ਹੈਗਾ ਇਹਦੇ ਵਿੱਚ ਥੋੜੀ ਥੋੜੀਆਂ ਲਾਈਨਾਂ ਇਹਦੀਆਂ ਵੀ ਹੈਗੀਆਂ ਤੇ ਪਰ ਫਿਰ ਮੈਂ ਆਹ ਬੰਨੇ ਰੰਗ ਮੈਂ ਕਿਹਾ ਥੋੜ੍ਹਾ ਜਿਹਾ ਚੱਕਵਾਂ ਰੱਖੀਏ ਕੰਮ ਰਾਈਜ਼ਿੰਗ ਸਟਾਰ ਦੇ ਵਿੱਚ ਚੱਕਵਾਂ ਚਾਹੀਦਾ ਸਾਨੂੰ ਸੋ ਆਹ ਵੀ ਰੰਗ ਹੈਗਾ ਮੇਰੇ ਕੋਲ ਹੋਰ ਰੰਗ ਦਿਖਾਵਾਂ ਕਿਹੜਾ ਮੈਨੂੰ ਆਹ ਵੀ ਰੰਗ ਬਹੁਤ ਘੈਂਟ ਦਿਸ ਕਲਰ ਇਜ਼ ਵੈਰੀ ਵੈਰੀ ਬਿਊਟੀਫੁਲ ਵੈਨ ਆਈ ਵੇਅਰ ਆਈ ਚੱਕ ਫੱਟੇ
ਤੁਸੀਂ ਦੇਖ ਰਹੇ ਹੋਵੋਗੇ ਕਿਆ ਬਿਊਟੀਫੁਲ ਕਲਰ ਨੇ।